Reaching the growing South Asian population in Canada, ATN Today is one of Canada's largest multicultural media companies. With a lineup of 52 television channels, ATN's current lineup includes 8 Hindi entertainment channels, 5 Bollywood movie channels, 6 music channels, 4 news and current affairs channels, 3 sports channels, 6 Punjabi channels, 2 Tamil channels, 4 Bangla channels, 3 Mandarin channels, 3 lifestyle channels, 5 Dur Darshan channels, 9 regional language channels. 52 channels, 9 languages, 1 network, Asian Television Network. ਇੱਥੇ ਗੁਰੂ ਨਾਨਕ ਸਰਕਾਰ ਵੀ ਏ ਨਾਲ ਦਾਤਾ ਦਾ ਦਰਬਾਰ ਵੀ ਏ ਮੀਆਂ ਮੀਰ ਜੀ ਦਸਤਾਰ ਵੀ ਏ ਮਾਧੋ ਲਾਲ ਹੋਰਾਂ ਦਾ ਪਿਆਰ ਵੀ ਏ ਇੱਥੇ ਗੁਰੂਆਂ ਦੇ ਵੀ ਦੁਆਰੇ ਨੇ ਚੰਨ ਵਰਗੇ ਮੁਟਿਆਰਾਂ ਦੇ ਜਿਵੇਂ ਦਾਣੇ ਸੁਰਖ ਅਨਾਰਾਂ ਦੇ ਲਾਹੌਰ ਲਾਹੌਰ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮ ਵਾਲੇਕੁਮ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਲੈ ਕੇ ਚੱਲਾਂਗੇ ਅਤੇ ਜੋ ਉੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੋਰ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੇ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਜਿਸ ਦੇ ਵਿੱਚ ਗੁਰਦੁਆਰਾ ਕਿਆਰਾ ਸਾਹਿਬ ਗੁਰਦੁਆਰਾ ਮਾਲਜੀ ਸਾਹਿਬ ਅਤੇ ਗੁਰਦੁਆਰਾ ਪੱਟੀ ਸਾਹਿਬ ਦੇ ਤੁਸੀਂ ਦਰਸ਼ਨ ਕਰੋਗੇ ਅਤੇ ਇਸ ਤੋਂ ਬਾਅਦ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਦੇ ਚੇਅਰਮੈਨ ਸਰਦਾਰ ਸੁਰਿੰਦਰ ਸਿੰਘ ਜੀ ਖੰਧਾਰੀ ਨੇ ਇੱਕ ਇੰਟਰਨੈਸ਼ਨਲ ਡੇ ਆਫ ਪੀਸ ਜੋ ਕਿ ਯੂਨਾਈਟਿਡ ਨੇਸ਼ਨ ਵੱਲੋਂ ਡਿਕਲੇਅਰ ਕੀਤਾ ਗਿਆ ਉਸ ਦੇ ਸੰਬੰਧ ਦੇ ਵਿੱਚ ਜੋ ਉਹਨਾਂ ਨੇ ਈਵੈਂਟਸ ਆਯੋਜਨ ਕੀਤਾ ਅਤੇ ਉਹਨਾਂ ਨੇ ਸਾਨੂੰ ਮੈਸੇਜ ਭੇਜੇ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਅਤੇ ਆਓ ਸਭ ਤੋਂ ਪਹਿਲਾਂ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਚੱਲੀਏ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਗੁਰਦੁਆਰਾ ਪੱਟੀ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ ਇਹ ਉਹ ਪਵਿੱਤਰ ਸਥਾਨ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਪਾਂਧੇ ਦੇ ਪਾਸ ਵਿਦਿਆਰਥੀ ਸਨ ਤਾਂ ਉਹਨਾਂ ਨੇ ਆਪਣੀ ਆਤਮਕ ਸ਼ਕਤੀ ਦੁਆਰਾ ਪਾਂਧੇ ਨੂੰ ਉਪਦੇਸ਼ ਦਿੱਤਾ ਅਤੇ ਰਾਗ ਆਸਾ ਦੇ ਵਿੱਚ ਪੱਟੀ ਜੋ ਬਾਣੀ ਹੈ ਉਸ ਨੂੰ ਰਚ ਕੇ ਸੁਣਾਇਆ ਅਤੇ ਆਓ ਤੁਹਾਨੂੰ ਵੀ ਅੱਜ ਗੁਰਦੁਆਰਾ ਪੱਟੀ ਸਾਹਿਬ ਦੇ ਸਭ ਤੋਂ ਪਹਿਲਾਂ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਦਰਸ਼ਨ ਕਰਾਈਏ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਬਾਬੇ ਕੀਤੀ ਸਿੱਧ ਗੋਸ਼ਟ ਸ਼ਬਦ ਸ਼ਾਂਤ ਸਿੱਧੀ ਵਿੱਚ ਆਈ ਬਾਬੇ ਕੀਤੀ ਸਿੱਧ ਗੋਸ਼ਟ ਸ਼ਬਦ ਸ਼ਾਂਤ ਸਿੱਧੀ ਵਿੱਚ ਆਈ ਧੰਨ ਨਾਨਕ ਤੇਰੀ ਵੱਡੀ ਕਮਾਈ ਮਾਈ
ਸਿੱਧ ਬੋਲਣ ਸ਼ੁਭ ਬਚਨ ਸਿੱਧ ਬੋਲਣ ਸ਼ੁਭ ਬਚਨ ਦਰਸ਼ਨ ਆਦੇਸ਼ ਕਰਾਈ ਜਿਨ ਮੇਲਾ ਸ਼ਬ ਰਾਤ ਦਾ ਖੱਟ ਦਰਸ਼ਨ ਆਦੇਸ਼ ਕਰਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਤੁਸੀਂ ਗੁਰਦੁਆਰਾ ਪੱਟੀ ਸਾਹਿਬ ਜੋ ਕਿ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਹੈ ਉਸ ਦੇ ਦਰਸ਼ਨ ਕੀਤੇ। ਹੁਣ ਸਮਾਂ ਹੋ ਚੱਲਿਆ ਬ੍ਰੇਕ ਦਾ, ਤੋ ਬ੍ਰੇਕ ਤੋਂ ਬਾਅਦ ਅਸੀਂ ਤੁਹਾਨੂੰ ਗੁਰਦੁਆਰਾ ਮਾਲਜੀ ਸਾਹਿਬ ਦੇ ਦਰਸ਼ਨ ਕਰਾਵਾਂਗੇ। ਇਹ ਉਹ ਪਵਿੱਤਰ ਸਥਾਨ ਹੈ 1483 ਈਸਵੀ ਦੇ ਵਿੱਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ 14 ਸਾਲ ਦੀ ਸੀ ਅਤੇ ਉਹ ਮੱਝਾਂ ਗਾਵਾਂ ਚਾਰਦੇ ਹੋਏ ਇਸ ਸਥਾਨ 'ਤੇ ਆਏ ਅਤੇ ਉਹ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੋ ਗਏ ਅਤੇ ਉਹਨਾਂ ਦੀ ਇੱਥੇ ਅੱਖ ਲੱਗ ਗਈ। ਜਦੋਂ ਸੂਰਜ ਨੇ ਰੁੱਖ ਬਦਲਿਆ ਤਾਂ ਉਹਨਾਂ ਦੇ ਮੁਖੜੇ ਦੇ ਉੱਤੇ ਧੁੱਪ ਆ ਗਈ। ਇੱਕ ਫਨੀਅਰ ਸੱਪ ਜੋ ਕਿ ਝਾੜੀਆਂ ਦੇ ਵਿੱਚੋਂ ਨਿਕਲਿਆ ਅਤੇ ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁੱਖ ਦੇ ਉੱਤੇ ਛਾਂ ਕਰ ਦਿੱਤੀ। ਇਹ ਸਾਰਾ ਕੌਤਕ ਰਾਏ ਬਲਾਰ ਜੋ ਕਿ ਉੱਥੋਂ ਦਾ ਨਵਾਬ ਸੀ ਉਸਨੇ ਦੇਖਿਆ ਅਤੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਹੋ ਗਏ ਅਤੇ ਬਾਅਦ ਦੇ ਵਿੱਚ ਇਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 750 ਮੁਰੱਬਾ ਜ਼ਮੀਨ ਲਗਾ ਦਿੱਤੀ। ਗੁਰਦੁਆਰਾ ਮਾਲਜੀ ਸਾਹਿਬ ਦੇ ਦਰਸ਼ਨ ਕਰਾਵਾਂਗੇ। ਗੁਰੂ ਮਿਲਿਆ
ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਤੁਸੀਂ ਜੋ ਲੋਕਲ ਗੁਰਦੁਆਰੇ ਨੇ ਉਹਨਾਂ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਬ੍ਰੇਕ ਤੋਂ ਬਾਅਦ ਇੱਥੇ ਜੋ ਹੋਰ ਵੀ ਗੁਰਦੁਆਰੇ ਨੇ ਉਹਨਾਂ ਦੇ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ। ਤੁਹਾਨੂੰ ਗੁਰਦੁਆਰਾ ਕਿਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ। ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਗਾਵਾਂ ਮੱਝਾਂ ਨੇ ਇੱਕ ਕਿਸਾਨ ਦੇ ਹਰੇ ਭਰੇ ਖੇਤ ਨੂੰ ਨਸ਼ਟ ਕਰ ਦਿੱਤਾ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਆਤਮਕ ਸ਼ਕਤੀ ਦੁਆਰਾ ਉਸ ਨਸ਼ਟ ਹੋਏ ਖੇਤ ਨੂੰ ਦੁਬਾਰਾ ਹਰਾ ਭਰਾ ਕਰ ਦਿੱਤਾ। ਇਹ ਉਹ ਪਵਿੱਤਰ ਸਥਾਨ ਹੈ। ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਲੋਕਲ ਗੁਰਦੁਆਰੇ ਸੀ ਉਹਨਾਂ ਦੇ ਤੁਸੀਂ ਦਰਸ਼ਨ ਕਰ ਰਹੇ ਸੀ। ਬ੍ਰੇਕ ਤੋਂ ਬਾਅਦ ਗੁਰਦੁਆਰਾ ਗੁਰੂ ਨਾਨਕ ਦਰਬਾਰ ਡਬਈ ਦੇ ਚੇਅਰਮੈਨ ਸਰਦਾਰ ਸੁਰਿੰਦਰ ਸਿੰਘ ਜੀ ਖੰਧਾਰੀ ਨੇ ਇੰਟਰਨੈਸ਼ਨਲ ਡੇ ਆਫ ਪੀਸ ਜੋ ਕਿ UN ਵੱਲੋਂ ਡਿਕਲੇਅਰ ਕੀਤਾ ਗਿਆ ਸੀ ਉਸ ਦੇ ਸੰਬੰਧ ਦੇ ਵਿੱਚ ਜੋ ਈਵੈਂਟਸ ਕੀਤਾ ਔਰ ਉਹਨਾਂ ਨੇ ਸਾਨੂੰ ਜੋ ਮੈਸੇਜ ਭੇਜੇ ਉਹ ਤੁਹਾਨੂੰ ਅਸੀਂ ਦਿਖਾਵਾਂਗੇ। ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਸੇਵਾ ਸੰਭਾਲ ਸਰਦਾਰ ਸੁਰਿੰਦਰ ਸਿੰਘ ਜੀ ਖੰਧਾਰੀ ਅਤੇ ਉਹਨਾਂ ਦੀ ਫੈਮਿਲੀ ਨੂੰ ਮਹਾਰਾਜ ਨੇ ਬਖਸ਼ੀ ਹੈ ਔਰ ਉਹ ਹਰ ਵੇਲੇ ਕੋਈ ਵੀ ਕਮਿਊਨਿਟੀ ਹੋਵੇ ਉਹ ਈਵੈਂਟਸ ਕਰਾਉਂਦੇ ਰਹਿੰਦੇ ਨੇ
ਇਸ ਵਾਰ ਉਹਨਾਂ ਨੇ ਇੰਟਰਨੈਸ਼ਨਲ ਡੇ ਆਫ ਪੀਸ ਜੋ ਕਿ ਯੂਨਾਈਟਿਡ ਨੇਸ਼ਨ ਵੱਲੋਂ ਡਿਕਲੇਅਰ ਕੀਤਾ ਸੀ ਉਸ ਦੇ ਸੰਬੰਧ ਦੇ ਵਿੱਚ ਜੋ ਉਹਨਾਂ ਨੇ ਈਵੈਂਟਸ ਕਰਾਇਆ ਔਰ ਜੋ ਉਹਨਾਂ ਨੇ ਸਾਨੂੰ ਉਸ ਦੇ ਸੰਬੰਧ 'ਚ ਮੈਸੇਜ ਭੇਜੇ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਸਲਾਮ ਅਲੈਕੁਮ, ਨਮਸਕਾਰ, ਸਤਿ ਸ਼੍ਰੀ ਅਕਾਲ, ਹੈਲੋ ਐਵਰੀਬਾਡੀ। ਔਨ ਬਿਹਾਫ ਆਫ ਗੁਰੂ ਨਾਨਕ ਦਰਬਾਰ ਗੁਰਦੁਆਰਾ ਇਨ ਦੁਬਈ, ਆਈ ਫੀਲ ਵੈਰੀ ਪ੍ਰਿਵਲੇਜਡ ਐਂਡ ਓਨਰਡ ਟੂ ਹੋਸਟ ਦਿਸ ਇਵੈਂਟ ਵਿਚ ਇਜ਼ ਦੀ ਯੂਨਾਈਟਿਡ ਨੇਸ਼ਨ ਇੰਟਰਨੈਸ਼ਨਲ ਪੀਸ ਡੇ। ਵੀ ਆਰ ਵੈਰੀ ਹੈਪੀ ਟੂ ਪਾਰਟਨਰ ਵਿਦ ਯੂਨਾਈਟਿਡ ਨੇਸ਼ਨਸ ਐਂਡ ਅੰਡਰ ਦੀ ਆਸਪੀਸ਼ੀਅਸ ਆਫ ਦੀ ਮਿਨਿਸਟਰ ਆਫ ਟੋਲਰੈਂਸ ਆਫ ਦੀ UAE। ਵੀ ਆਰ ਹੈਪੀ ਟੂ ਹੋਸਟ ਦਿਸ ਇਵੈਂਟ ਐਂਡ ਸਪਰੈਡ ਦ ਮੈਸੇਜ ਆਫ ਪੀਸ ਆਲ ਅਰਾਊਂਡ। ਵੀ ਆਰ ਹੈਪੀ ਦੈਟ ਇਨ ਦੀ ਗੁਰਦੁਆਰਾ ਵੀ ਆਲਵੇਜ ਹੋਸਟ ਦੀਸ ਫੰਕਸ਼ਨਸ ਬਿਕੋਜ਼ ਦਿਸ ਇਜ਼ ਦ ਫਿਫਥ ਈਅਰ ਵੀ ਆਰ ਸਪੋਰਟਿੰਗ ਦਿਸ ਇੰਟਰਨੈਸ਼ਨਲ ਪੀਸ ਡੇ। We never had such a big function before because we always planted some trees around and spread the message of peace through trees. But today we thought we'll invite everybody who can work together and pass a message all over the world for the International Day of Peace. We all talk about people when they leave us to rest in peace. I advise everybody, let's start living in peace rather than promoting people resting in peace when they're gone. It's very important for us to understand peaceful coexistence, live together and live happily together. That's our message for today. God bless everybody. I'm delighted to join the United Nations and the Sikh community in Dubai on this very important occasion, this International Day of Peace, particularly with the theme of respect, dignity and safety for all. I think it's extremely important that this event is being done under the auspices of Her Excellency Sheikha Lubna, who as Minister of Tolerance really does embody the exceptional spirit of tolerance that is a part of the United Arab Emirates culture, its DNA, and the manner in which almost 200 nationalities live with equal rights here in United Arab Emirates. I'm also very happy that this event is being done at the Sikh Gurdwara in Dubai. This is because the Gurdwara itself, with its open doors, has always around the world been a place that welcomes people of all faith, regardless of where they come from, without any element of discrimination. Indeed, when Guru Nanak, the founder of the Sikh faith, started his teachings about 500 years ago, the first line that he said was, "Na ko Hindu, na Musalman." No one is either born a Hindu or a Muslim. We are all human beings first and foremost. This also is something that is embedded in India's own ethos. Whether we look at the Rig Veda, the Atharva Veda or the Upanishads, there is this overarching message of peace, not just for our own people, but for humanity as a whole. Read the scriptures and see how many times we see references to Om Shanti, 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 and you will get a clearer idea. Finally, I would like to say that India is often recognized as a beacon for pluralism, for diversity, for religious tolerance. Indeed, these are ideas that are enshrined in India's constitution. We see this in our daily lives, and yet, we must give ourselves a can-do better report. We must continue to strive for a future where all religions are not only treated equal in law but also in practice, where discrimination on the basis of caste is not only something that is outlawed by our constitution but also in practice in our own hearts. Once again, congratulations to the Sikh Gurdwara and its leadership, to Her Excellency Sheikha Lubna and to the United Nations for commemorating this extremely important occasion on this wonderful premises. Thank you. Ek saath shanti ke liye. Together for peace. Together for peace. Respect, safety and dignity for all. Peace is the highest bliss. You will find peace only inside of you. If you don't find it inside and if you cannot see inside, you will not find it anywhere else. And as Mother Teresa said, peace begins with a smile.
So peace be upon you. Meri nazar mein hum is duniya ko tab tak pur aman banane mein kamyab nahi honge jab tak apni aur dusron ki izzat aur ehtram karne mein seekhenge. Aur is amal mein hame tamam kudrati nizam aur uski har zinda aur chalta firta cheez ki izzat aur ehtram shamil karna padega. Aur is duniya ko bhi izzat aur pyar dena chahiye hai, chahe wo hamare samandar ho, jungle ho ya pahar ho. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬੜੇ ਸਪਸ਼ਟ ਸ਼ਬਦਾਂ ਵਿੱਚ ਸ਼ਬਦ ਆਉਂਦਾ ਹੈ, ਅਵਲ ਅੱਲਾ ਨੂਰੇ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਬ ਉਪਜਿਆ, ਕੌਣ ਭਲੇ ਸੋ ਮੰਦੇ। ਮੀਨਿੰਗ ਹਰੇਕ ਇਨਸਾਨ, ਹਰੇਕ ਸ਼ਖਸ ਜੋ ਇਸ ਦੁਨੀਆਂ 'ਚ ਆਇਆ ਹੈ ਉਹ ਇੱਕੋ ਹੀ ਡਿਵਾਈਨ ਤੋਂ ਹੈ। ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਇੱਕੋ ਡਿਵਾਈਨ ਤੋਂ ਆਏ ਹੈ, ਕੋਈ ਫਰਕ ਨਹੀਂ ਹੈ ਕਿਸੇ ਦੇ ਅੰਦਰ, ਸਭ ਦੇ ਰਾਸਤੇ ਅਲੱਗ ਅਲੱਗ ਹੈ। ਵੀ ਟਾਕ ਦ ਰਿਐਲਿਟੀ ਵੀ ਲਿਵ ਇਨ ਇਜ਼ ਪਾਰਸ਼ਲੀ ਅਪ ਟੂ ਅਸ, ਬਟ ਓਨਲੀ ਇਫ ਇਟ ਵਾਜ਼ ਅ ਫੈਂਟਸੀ ਵੁੱਡ ਬੀ ਇੰਟਾਇਰਲੀ ਅਪ ਟੂ ਅਸ। ਲੈਟ ਅਸ ਚੂਜ਼ ਟੂ ਲਿਵ ਇਨ ਅ ਫੈਂਟਸੀ ਵਿਦ ਹਾਰਟਫੁਲ ਅਫੈਕਸ਼ਨ, ਅ ਫੈਂਟਸੀ ਵੇ ਵੀ ਚੂਜ਼ ਟੂ ਸੀ ਦ ਬੈਸਟ ਇਨ ਪੀਪਲ ਰਾਦਰ ਦੈਨ ਦ ਵਰਸਟ, ਅ ਫੈਂਟਸੀ ਵੀ ਟਰਮੀਨੇਟ ਅਨਸੈਸਰੀ ਪੇਨ where we learn the ability to live in peace, to work with peace and to nurture our mind with peace. Let's make this world a wonderful place where everyone can be in peace, thought of peace and spread peace. Let's explore together, joining hands together to explore a message of peace, humanity and brotherhood. ਹੁਣੇ ਤੁਸੀਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਵਿਖੇ ਸਰਦਾਰ ਸੁਰਿੰਦਰ ਸਿੰਘ ਜੀ ਖੰਡਾਰੀ ਚੇਅਰਮੈਨ ਵੱਲੋਂ ਜੋ ਈਵੈਂਟਸ ਆਯੋਜਨ ਕੀਤਾ ਗਿਆ ਸੀ ਉਸ ਦੇ ਸੰਬੰਧ ਦੇ ਵਿੱਚ ਜੋ ਉਹਨਾਂ ਨੇ ਸਾਨੂੰ ਮੈਸੇਜ ਭੇਜੇ ਉਹ ਤੁਹਾਨੂੰ ਅਸੀਂ ਦਿਖਾ ਰਹੇ ਸੀ। ਔਰ ਇਸ ਤਰ੍ਹਾਂ ਕੋਈ ਵੀ ਕਮਿਊਨਿਟੀ ਦਾ ਕੋਈ ਵੀ ਈਵੈਂਟਸ ਹੋਵੇ ਉਹ ਸਾਨੂੰ ਇਹ ਦਿਖਾ ਕੇ ਬਹੁਤ ਖੁਸ਼ੀ ਹੁੰਦੀ ਹੈ। ਅਗਲੇ ਹਫ਼ਤੇ ਫਿਰ ਮੈਂ ਆਪਦੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ। ਹੁਣ ਮੈਨੂੰ ਇਜਾਜ਼ਤ ਦਿਓ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਰੱਬ ਰਾਖਾ। ਲਾਹੌਰ ਲਾਹੌਰ ਏ ਤੁਹਾਡਾ ਲਾਹੌਰ, ਲਾਹੌਰ ਏ ਸਾਡਾ ਲਾਹੌਰ, ਲਾਹੌਰ ਏ ਤੁਹਾਡਾ ਲਾਹੌਰ, ਲਾਹੌਰ ਕੇ ਬੁਟਿਆ ਰਾਂਗੇ ਜਿਵੇਂ ਦਾਣੇ ਸੁਰਖ ਅਨਾਰਾਂ ਦੇ, ਇੱਥੇ ਸਰਸੋਂ ਖਿੜਦੀ ਖੇਤਾਂ ਵਿੱਚ ਜਦੋਂ ਮੌਸਮ ਆਣ ਬਹਾਰਾਂ ਦੇ, ਇੱਥੇ ਰਿਸ਼ਤੇ ਰਸਮਾਂ ਬੋਲੀਆਂ ਨੇ ਨਾਲ ਬਾਬਲ ਧੀਆਂ ਟੋਲੀਆਂ ਨੇ, ਇੱਥੇ ਮਸਤ ਫੁਆਰਾਂ ਵਸਦੀਆਂ ਨੇ, ਹਰ ਪਾਸੇ ਫਸਲਾਂ ਹੱਸਦੀਆਂ ਨੇ, ਇੱਥੇ